ਅੰਮ੍ਰਿਤਸਰ ਦਾ ਇੱਕ ਕਲਾਕਾਰ ਜੋ ਕਿ ਮਿੱਟੀ ਅਤੇ ਕਲੇ ਦੇ ਨਾਲ ਮੂਰਤੀਆਂ ਬਣਾ ਕੇ ਉਹਨਾਂ ਵਿੱਚ ਜਾਨ ਪਾ ਰਿਹਾ ਹੈ। ਇਸ ਦੀਆਂ ਬਣਾਈਆਂ ਮੂਰਤੀਆਂ ਦੇਸ਼ਾਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਮਸ਼ਹੂਰੀ ਖੱਟ ਰਹੀਆਂ ਨੇ। ਅਜਿਹਾ ਕਲਾਕਾਰ ਮਨੋਹਰ ਸਿੰਘ ਬਬਲੂ ਜੋ ਕਿ ਸ਼ੌਂਕ ਦੇ ਨਾਲ ਮੂਰਤੀਆਂ ਬਣਾਉਂਦਾ ਉੱਚ ਚੋਟੀ ਦਾ ਕਲਾਕਾਰ ਬਣ ਗਿਆ। ਇਸ ਦੀਆਂ ਮੂਰਤੀਆਂ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਦੁਬਈ, ਕੈਨੇਡਾ ਵਰਗੇ ਦੇਸ਼ਾਂ ਦੇ ਲੋਕ ਵੀ ਪਸੰਦ ਕਰ ਰਹੇ ਨੇ। ਇਸ ਸੰਬੰਧੀ ਗੱਲਬਾਤ ਕਰਦਿਆਂ ਕਲਾਕਾਰ ਮਨੋਹਰ ਸਿੰਘ ਬਬਲੂ ਨੇ ਦੱਸਿਆ ਕਿ ਉਸ ਵੱਲੋਂ ਮੂਰਤੀਆਂ ਬਣਾਉਣ ਦਾ ਕੰਮ ਸ਼ੌਂਕ ਦੇ ਨਾਲ ਸ਼ੁਰੂ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਹ ਸ਼ੌਂਕ ਨੇ ਉਸ ਨੂੰ ਚੋਟੀ ਦਾ ਆਰਟਿਸਟ ਬਣਾ ਦਿੱਤਾ, ਜਿਸ ਦੇ ਚੱਲਦਿਆਂ ਉਹਨਾਂ ਨੂੰ ਬਾਹੂਬਲੀ ਵਰਗੀ ਵੱਡੀ ਫਿਲਮ ਦੀ ਸੈੱਟ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਵੀ ਮਿਲਿਆ। ਉਹਨਾਂ ਦੀਆਂ ਬਣਾਈਆਂ ਗਈਆਂ ਮੂਰਤੀਆਂ ਵਿਦੇਸ਼ਾਂ ਤੱਕ ਲੋਕ ਪਸੰਦ ਕਰ ਰਹੇ ਨੇ। ਸ਼ੁਰੂਆਤੀ ਦੌਰ ਤੋਂ ਉਹਨਾਂ ਦੇ ਵੱਲੋਂ ਇੱਕ ਨਿਹੰਗ ਦਾ ਸਟੈਚੂ ਬਣਾਇਆ ਗਿਆ ਸੀ ਜੋ ਕਿ ਜ਼ਿਆਦਾਤਰ ਧਾਰਮਿਕ ਸਥਾਨਾਂ ਦੇ ਬਾਹਰ ਦੁਕਾਨਾਂ ਤੇ ਵਿਕਦਾ ਸੀ। ਇਸ ਤੋਂ ਬਾਅਦ ਉਹਨਾਂ ਨੇ ਕਈ ਹੋਰ ਮੂਰਤੀਆਂ ਬਣਾਈਆਂ ਅਤੇ ਉਹਨਾਂ ਨੇ ਬਹੁਤ ਪ੍ਰਸਿੱਧੀ ਖੱਟੀ। ਉਹ 3 ਫੁੱਟ ਤੋਂ ਲੈ ਕੇ 5 ਫੁੱਟ ਤੱਕ ਦੀਆਂ ਮੂਰਤੀਆਂ ਤਿਆਰ ਕਰਨ ਦੀ ਮੁਹਾਰਤ ਰੱਖਦੇ ਨੇ ਜੋ ਕਿ ਮਿਊਜ਼ੀਅਮ ਅਤੇ ਵੱਡੇ ਹੋਟਲਾਂ ਦੀ ਸ਼ੋਭਾ ਵਧਾਉਂਦੀਆਂ ਨੇ। ਆਹ ਮਨੋਹਰ ਸਿੰਘ ਬਬਲੂ ਦੀ ਪੂਰੀ ਕਲਾਕਾਰੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਹਾਂਜੀ, ਆਪਣਾ ਨਾਮ ਦੱਸੋ ਭਾਅ ਜੀ। ਮੇਰਾ ਨਾਮ ਮਨੋਹਰ ਸਿੰਘ ਬਬਲੂ, ਅੰਮ੍ਰਿਤਸਰ ਤੋਂ। ਇਹ ਜਿਹੜੀਆਂ ਸਟੈਚੂ ਬਣਾਉਂਦੇ ਆ, ਕਿੰਨੇ ਚਿਰ ਤੋਂ ਬਣਾ ਰਹੇ ਹੋ ਤੁਸੀਂ ਅਤੇ ਤੁਹਾਡੇ ਬਣਾਏ ਹੋਏ ਸਟੈਚੂ ਕਿੱਥੇ? ਮੈਂ ਸਰ ਇਹ ਕੰਮ 2006 ਤੋਂ ਸਟਾਰਟ ਕੀਤਾ ਸੀ। 2006 'ਚ ਇੱਕ ਮੰਚ ਆਇਆ ਸੀ ਕਿ ਇੱਕ ਨਿਹੰਗ ਸਿੰਘ ਬਣਾਇਆ ਜਾਵੇ ਅਤੇ ਪੰਜਾਬੀ ਕਲਚਰ ਦੇ ਸਟੈਚੂ ਵੀ ਬਣਾਏ ਜਾਣ ਤਾਂ ਕਿ ਲੋਕਾਂ ਤੱਕ ਸਾਡੇ ਆਪਣੇ ਵਿਰਸਾ ਹੈ ਜੋ ਭੁੱਲਦੇ ਜਾ ਰਹੇ ਬੱਚੇ ਉਹਨਾਂ ਤੱਕ ਪਹੁੰਚ ਸਕੇ। ਕਿਸ ਤਰ੍ਹਾਂ ਬਣਾਏ ਜਾਂਦੇ ਨੇ, ਪ੍ਰਕਿਰਿਆ ਕੀ ਹੈ ਸਟੈਚੂ ਬਣਾਉਣ ਦੀ? ਸਭ ਤੋਂ ਪਹਿਲਾਂ ਸਰ ਇਹ ਸਟੈਚੂ, ਕੋਈ ਵੀ ਸਟੈਚੂ ਅਸੀਂ ਬਣਾਉਣਾ ਹੋਵੇ ਉਹਦਾ ਪਹਿਲਾਂ ਕਲੇ ਅਤੇ ਮਿੱਟੀ ਦਾ, ਕਲੇ ਮਿੱਟੀ ਸੇਮ ਹੈ, ਉਹਨਾਂ ਦਾ ਵਰਕ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਦੇ ਮੋਲਡ ਪੈਂਦੇ ਆ, ਇਸ ਤੋਂ ਬਾਅਦ ਨੈਗੇਟਿਵ ਅਤੇ ਨੈਗੇਟਿਵ ਆ ਪੋਜ਼ਿਟਿਵ ਇੱਕ ਡਾਈਸ ਦੇ ਵਿੱਚ ਪੀਸ ਕੱਢਿਆ ਜਾਂਦਾ ਹੈ। ਪੀਸ ਕੱਢਣ ਤੋਂ ਬਾਅਦ ਇਹਦੀ ਸਫਾਈ ਕਰਨ ਤੋਂ ਬਾਅਦ ਇਹਨੂੰ ਪੇਂਟਿੰਗ ਕੀਤੀ ਜਾਂਦੀ ਹੈ ਜਿਹਦੇ ਨਾਲ ਹੂਬ ਹੂ ਇੱਕ ਪੂਰਾ ਪਰਸਨ, ਲਾਈਵ ਪਰਸਨ ਨਜ਼ਰ ਆਵੇ। ਤੁਹਾਡੇ ਬਣਾਏ ਹੋਏ ਸਟੈਚੂ ਕਿਹੜੀ ਕਿਹੜੀ ਥਾਵਾਂ 'ਤੇ ਪਹੁੰਚੇ ਹੋਏ ਨੇ? ਸਰ ਮੇਰੇ ਬਣਾਏ ਹੋਏ ਸਟੈਚੂ ਜਿਵੇਂ ਮੈਂ ਜਿਹੜੇ ਸਾਡੀ ਸਿੱਖੀ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਜਿਵੇਂ ਦੁਬਈ, ਅਮੈਰੀਕਾ, ਇੰਗਲੈਂਡ, ਕੈਨੇਡਾ, ਜਿੱਥੇ ਜਿੱਥੇ ਵੀ ਬਾਹਰ ਸਾਡੇ ਬੰਦੇ ਬੈਠੇ ਆ ਔਰ ਪੂਰੇ ਇੰਡੀਆ ਲੈਵਲ ਦੇ ਜਿਵੇਂ ਗੁਰਦੁਆਰੇ ਇੰਡੀਆ ਲੈਵਲ 'ਤੇ ਉਹਨਾਂ ਦੇ ਬਾਹਰ ਸ਼ੋਪਸ ਹੈ ਔਰ ਫੋਰਨ 'ਚ ਜਿੰਨੇ ਸਟੋਰ ਹੈ ਸਾਡੇ ਸਾਰਾ ਸਮਾਨ ਉੱਥੇ ਜਾਂਦਾ ਹੈ, ਉੱਥੋਂ ਹੀ ਸਾਰੇ NRI ਕਸਟਮਰ ਸਾਡਾ ਸਮਾਨ ਖਰੀਦਦੇ ਆ। ਔਰ ਅਗਰ ਅਸੀਂ ਨੀਅਰ ਅਬਾਊਟ ਇੰਡੀਆ ਦੀ ਗੱਲ ਕਰੀਏ, ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਕਾਫੀ ਹਵੇਲੀਆਂ ਖੁੱਲੀਆਂ ਜਿਵੇਂ ਸੁਖਦੇਵ ਢਾਬਾ, ਜਲੰਧਰ ਹਵੇਲੀ, ਜੰਡਿਆਲਾ ਹਵੇਲੀ, ਚੌਂਕੀਦਾਨੀ, ਇਸ ਤਰ੍ਹਾਂ ਦੇ ਕਾਫੀ ਰੈਸਟੋਰੈਂਟ ਹੈ, ਪਹਿਲਵਾਨ ਢਾਬਾ, ਉਹਨਾਂ ਰੈਸਟੋਰੈਂਟਾਂ ਤੋਂ ਬਾਅਦ ਕਾਫੀ ਸ਼ੋਪਸ ਹੈ ਜਿਹੜੇ ਵਿਰਸੇ ਦੀਆਂ ਸਮਾਨ ਰੱਖ ਕੇ ਸਾਡੇ ਸਮਾਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਆ। ਫਿਲਮਾਂ ਤੋਂ ਵੀ ਆਫਰ ਆਈ ਜਾਂ ਫਿਲਮਾਂ ਦੇ ਵਿੱਚ ਵੀ ਤੁਸੀਂ ਸਟੈਚੂ ਬਣਾਏ ਨੇ ਜੀ? ਸਰ ਮੈਂ ਆਪਣੀ ਇੱਕ ਟੀਮ ਸੀ ਜਿਨ੍ਹਾਂ ਨੇ ਡਰਟੀ ਹੈਂਡ ਕੰਪਨੀ ਸੀ ਬੰਗਲੌਰ ਤੋਂ, ਅਸੀਂ ਪ੍ਰਭਾਸ ਜੀ ਦੀ ਫਿਲਮ ਬਾਹੂਬਲੀ 'ਚ ਕੰਮ ਕੀਤਾ ਸੀ, ਉਹਦੇ ਵਿੱਚ ਅਸੀਂ ਕਾਫੀ ਸਕਲਪਚਰ ਅਤੇ ਵੁੱਡ ਵਰਕ ਦਾ ਕੰਮ ਕੀਤਾ ਸੀ। ਅਤੇ ਭਾਅ ਜੀ, ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਇਸ ਤਰ੍ਹਾਂ ਦੇ ਆਰਟਿਸਟ ਨੇ ਜਿਹੜੇ ਇਸ ਤਰ੍ਹਾਂ ਸਟੈਚੂ ਬਣਾਉਂਦੇ ਨੇ? ਸਰ ਪੰਜਾਬ ਦੇ ਵਿੱਚ ਤਾਂ ਮੈਂ ਆਰਟਿਸਟ ਤਾਂ ਬਹੁਤ ਹੈ, ਮਤਲਬ ਕਿ ਇਹਨੂੰ ਅੱਗੇ ਲਿਆ ਕੇ ਮਾਰਕੀਟ ਦੇ ਵਿੱਚ ਜਿਹੜਾ ਕਿਰਤ 'ਤੇ ਕੰਮ ਕੀਤਾ ਉਹ ਮੈਂ ਇਕੱਲਾ ਹੀ ਆਰਟਿਸਟ ਅੰਮ੍ਰਿਤਸਰ ਤੋਂ ਹਾਂ। ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਕਿੰਨੇ ਫੁੱਟ ਦਾ ਸਟੈਚੂ ਬਣਾਉਂਦੇ ਨੇ? ਛੋਟਾ ਸਟੈਚੂ ਸਰ 6 ਇੰਚ ਤੋਂ ਸਟਾਰਟ ਹੋ ਜਾਂਦਾ ਔਰ ਵੱਡੇ ਦੇ ਕੋਈ ਲਿਮਿਟ ਨਹੀਂ ਹੈ। ਵੱਡਾ ਸਟੈਚੂ ਅਸੀਂ ਹੁਣ ਤੱਕ 12 ਫੁੱਟ ਤੱਕ ਅਸੀਂ ਕਰ ਚੁੱਕੇ ਹਾਂ। ਛੋਟਾ ਜਿਵੇਂ 3 ਫੁੱਟ ਤੋਂ ਜਿਹੜੇ ਛੋਟੇ ਸਟੈਚੂ ਆ ਉਹਦੀ ਪ੍ਰਕਿਰਿਆ 15 ਤੋਂ 20 ਦਿਨ ਦੀ ਹੁੰਦੀ ਹੈ, ਜਿਹੜੇ ਵੱਡੇ ਸਟੈਚੂ ਆ ਉਹਨਾਂ ਦੀ ਪ੍ਰਕਿਰਿਆ 15 ਦਿਨ ਤੋਂ ਲੈ ਕੇ 30 ਦਿਨ ਦੀ ਹੁੰਦੀ ਹੈ। ਬਲਬੂ ਭਾਅ ਜੀ, ਮਿੱਟੀ ਨਾਲ ਬਣਾਈਆਂ ਹੋਈਆਂ ਚੀਜ਼ਾਂ ਅਕਸਰ ਟੁੱਟ ਜਾਂਦੀਆਂ ਨੇ, ਇਹ ਸਟੈਚੂ ਵੀ ਟੁੱਟੇ ਭੱਜ ਜਾਂਦੇ ਆ? ਸਰ ਇਹ ਮਿੱਟੀ ਨਾਲ, ਮੈਂ ਤੁਹਾਨੂੰ ਹੁਣੇ ਜ਼ਿਕਰ ਕੀਤਾ ਜੀ, ਮਿੱਟੀ ਨਾਲ ਸਿਰਫ ਮਾਸਟਰਪੀਸ ਬਣਾਇਆ ਜਾਂਦਾ, ਇਹਨੂੰ ਬਾਅਦ 'ਚੋਂ ਕੈਮੀਕਲ 'ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਹਨੂੰ ਮੋਲਡ ਵਿੱਚੋਂ ਜਿਹੜੇ ਕੈਮੀਕਲ ਸਰ ਉਹ ਟੁੱਟਦੇ ਨਹੀਂ ਹੈ, ਉਹ ਅਗਰ ਉਹਨੂੰ ਜ਼ੋਰ ਦੀ ਅਸੀਂ ਕਿਤੇ ਸੁੱਟ ਵੀ ਦਿੰਦੇ ਹਾਂ, ਉਹ 1 ਬ੍ਰੇਕ ਹੁੰਦਾ ਤਾਂ ਉਹ ਜੁੜ ਜਾਂਦਾ, ਉਹ ਬ੍ਰੇਕੇਜ ਨਹੀਂ ਹੁੰਦੇ। ਅਤੇ ਵਿਦੇਸ਼ਾਂ ਹੀ ਵੀ ਜਾਂਦੇ ਨੇ ਤੁਹਾਡੇ? ਸਰ ਮੈਂ ਤੁਹਾਨੂੰ ਹੁਣੇ ਪਹਿਲਾਂ ਕਹਿ ਚੁੱਕਿਆ ਹਾਂ ਕਿ ਮੈਂ ਜਿੱਥੇ ਇੱਥੇ ਆਪਣੀ ਪੰਜਾਬੀ ਕਮਿਊਨਿਟੀ ਹੈ ਸਾਡੇ ਸਾਰੇ ਦੇਸ਼ਾਂ ਵਿਦੇਸ਼ਾਂ ਸਟੋਰਾਂ 'ਚ ਸਾਡਾ ਸਮਾਨ ਜਾਂਦਾ। ਅਤੇ ਬਬਲੂ ਭਾਅ ਜੀ, ਇਸ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਤਾਂ ਬਹੁਤ ਸਾਰੇ ਸਟੈਚੂ ਬਣਾਏ ਨੇ, ਹੋਰ ਵੀ ਮਾਡਰਨ ਸਟੈਚੂ ਵੀ ਬਣਾਏ ਜਾਂਦੇ ਨੇ? ਸਰ ਅਸੀਂ ਨਾ ਇੱਕ ਆਪਣੇ ਜਿਵੇਂ ਅਸੀਂ ਮੈਨੂਫੈਕਚਰ ਹਾਂ, ਅਸੀਂ ਇੱਕ ਸ਼ੋਪ ਖੋਲ੍ਹ ਰਹੇ ਹਾਂ ਅੰਮ੍ਰਿਤਸਰ ਬਾਈਪਾਸ ਅਤੇ ਗੋਲਡਨ ਗੇਟ ਕੋਲ ਨਗੀਨਾ ਆਰਟ ਕ੍ਰੀਏਸ਼ਨ ਦੇ ਨਾਮ 'ਤੇ। ਅਸੀਂ ਉੱਥੇ ਵਿਰਸੇ ਨਾਲ ਸੰਬੰਧਿਤ, ਹੋਮ ਡਿਕੋਰ ਨਾਲ ਸੰਬੰਧਿਤ, ਅਗਰ ਮਾਡਰਨ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਉਹਦਾ ਸੰਬੰਧਿਤ ਸਾਰੇ ਸਟੈਚੂ ਉੱਥੇ ਅਸੀਂ ਡਿਸਪਲੇ ਕਰ ਰਹੇ ਹਾਂ। ਜੇ ਕਿਸੇ ਨੇ ਸਟੈਚੂ ਲੈਣਾ ਹੋਵੇ ਜਾਂ ਬਣਾਉਣਾ ਹੋਵੇ ਤਾਂ ਕਿਵੇਂ? ਸਰ ਉਹ ਸਾਡੇ 11 ਤਰੀਕ ਨੂੰ ਸਾਡੀ ਓਪਨਿੰਗ ਆ, ਉਹ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ, ਚਾਹੇ ਉਹ ਕੋਈ ਵੀ ਆ ਸਾਡੀ ਦੁਕਾਨ 'ਤੇ ਆਵੇ, ਕਿਸੇ ਵੀ ਤਰ੍ਹਾਂ ਦਾ ਸਟੈਚੂ ਉਹਨਾਂ ਨੇ ਆਪਣੀ ਮਰਜ਼ੀ ਦਾ ਵੀ ਬਣਾਉਣਾ ਹੋਵੇ ਉਹ ਵੀ ਆਰਡਰ ਦੇ ਸਕਦਾ, ਔਰ ਜੋ ਸਾਡੇ ਕੋਲ ਬਣੀਆਂ ਚੀਜ਼ਾਂ ਉਹਨਾਂ ਨੂੰ ਵੇਖ ਕੇ ਜੋ ਪਸੰਦ ਆਵੇ ਲੈ ਸਕਦਾ। ਮੇਰਾ ਕੰਟੈਕਟ ਨੰਬਰ ਸਰ 9855225165।